हाँ संदीप जी, मैं थोड़े चैनल के तहत पहले दो तथ्य पेश करना चाहता हूँ। पहला तथ्य तो यह है कि 2017 में एक सर्वे होया सी जिसके विच लुधियाना 102 एयर पोल्यूटेड सिटीज दे विच इंडिया विच मार्क कीता गया जी, पंजाब विच नंबर 1 ते कीता गया। लुधियाने दे विच 8 फेस होटल जिहड़ा 8 फेस फोकल पॉइंट है वो स्पेशली पोल्यूटेड इंडस्ट्री वास्ते अलॉट कीता गया। ਇੱਥੇ ਆਰਟਿਕਲ 2 ਹਿੱਸਿਆਂ ਦੇ ਵਿੱਚ ਵੰਡਿਆ, ਇੱਕ ਜਿਹੜਾ ਮੇਨ ਆਰਟਿਕਲ ਹੈ ਇੱਕ ਚੌਂਕੀ ਦਾ। ਇਹ ਦੋਨੋਂ ਆਰਟਿਕਲਾਂ ਦੇ ਵਿਚਕਾਰ ਇੱਕ 11 ਫੁੱਟ ਦਾ ਹੈ ਜਿੱਥੇ ਹੁਣ ਇੱਕ ਬੜੀ ਹੀ ਇੱਕ ਖੂਬਸੂਰਤ ਐਡਵਰਟਾਈਜ਼ ਕੀਤੀ ਜਾ ਰਹੀ ਹੈ, ਇੱਕ ਹਾਊਸਿੰਗ ਪ੍ਰੋਜੈਕਟ ਆ ਰਿਹਾ ਸਾਹਮਣੇ। ਤੁਸੀਂ ਆਪ ਹੀ ਸੋਚੋ ਕਿ ਜਿੱਥੇ ਪੋਲੂਟਿਡ ਇੰਡਸਟਰੀ ਬਿਲਕੁਲ ਨੇੜੇ ਹੈ ਕਿਤੇ ਉਹ ਰਹਿਸ਼ੀ ਰਹਿਣ ਦੇ ਕਾਬਲ ਹੈ। ਮਤਲਬ ਇਹ ਤਾਂ ਸਰਾਸਰ ਇੱਕ ਤਰ੍ਹਾਂ ਦਾ ਆਉਣ ਵਾਲੀ ਜਨਰੇਸ਼ਨ ਨੂੰ ਕਹਿੰਦੇ ਜਿਹੜੇ ਉੱਥੇ ਰੋਟੀ ਦੇ ਉਹਨਾਂ ਨੂੰ ਮੌਤ ਦੇ ਕੋਨੇ ਦੇ ਵਿੱਚ ਧੱਕੇ ਦਿੰਦਾ। ਤੁਸੀਂ ਮੈਨੂੰ ਇੱਕ ਗੱਲ, ਤੁਸੀਂ ਮੇਰੀ ਸਟੇਟਮੈਂਟ ਤੋਂ ਬਾਅਦ ਤੁਸੀਂ ਪੋਲੂਸ਼ਨ ਕੰਟਰੋਲ ਬੋਰਡ ਦੇ ਚੀਫ ਇੰਜੀਨੀਅਰ ਜਿਹੜੇ ਵੀ ਹੈਗੇ ਨੇ ਜਿਸ ਤੋਂ ਵਿਚਾਰ ਆਏ, ਤੁਸੀਂ ਉਹਨਾਂ ਦੀ ਸਟੇਟਮੈਂਟ ਲੈ ਲਓ ਕਿ ਉਹ ਇੱਕ ਕੇ ਦੇ ਸਕਦੇ ਨੇ ਕਿ ਦਿਸ ਲੈਂਡ ਇਜ਼ ਫਿਟ ਫਾਰ ਹਿਊਮਨ ਲਾਈਫ। ਓਕੇ, ਇਜ਼ ਇਟ ਫਿਟ ਫਾਰ ਬਟ ਹਿਊਮਨ ਲਾਈਫ ਦੇ ਲਿਵਿੰਗ ਵਾਸਤੇ ਇਹ ਲੈਂਡ ਸੀ। कैंसर अपना पंजाब का कैंसर का कैप्टन बनना चाह रहा है, डीएमसी ने एक कैंसर का नवा सेल खोल दिया है। मतलब कुछ देखो, आप बठिंडे की गल करते हैं, बठिंडा कैंसर भी वो पानी करके हो गया, वो एयर करके लुधियाना अपना कैंसर कैप्टन बना है। एक अपने वेस्टिंग इंटरेस्ट वास्ते अपना पोल्यूटेड इंडस्ट्री के बिचों बिच एक हाउसिंग प्रोजेक्ट लेके आया। मतलब मैं तो हैरानी होती है जो कलाकार वाले पोल्यूशन कंट्रोल पर यह सोचते होंगे एक छोटी इंडस्ट्री होती है 200-250-500 उन्होंने तो पोल्यूशन वाले वाले इतना बढ़ते नहीं जुड़े पाकिस्तान का बनना जो बड़े बड़े कॉरपोरेट्स हैं उन्होंने भी छड़ दिता है। एडा वा प्रोजेक्ट सरकार ने लगाता लगाता चाहे वो जनप्रतिनिधि है या होर भी प्रमोटर है कि डिपार्टमेंट की अप्रूवल नहीं दिखी गई। ਡਿਪਾਰਟਮੈਂਟਾਂ ਦੀ ਅਪਰੂਵਲ ਲੱਗੀ ਹੈ। ਅੱਛਾ, ਕਾਗਜ਼ ਤਾਂ ਪੂਰੇ ਕੀਤੇ ਨੇ ਪਰ ਡਿਪਾਰਟਮੈਂਟਾਂ ਨੇ ਅਪਰੂਵਲ ਦੇ ਕੇ ਦਿੱਤੀ। ਪੀਐਸਆਈਸੀ ਨੇ ਕਿਹਾ ਜਵਾਬ ਦਿੱਤਾ, ਕਹਿੰਦੇ ਸਾਡੇ ਕੋਲ ਰਿਕਾਰਡ ਨਹੀਂ, ਸਰਕਾਰੀ ਦਫ਼ਤਰ ਤੋਂ ਰਿਕਾਰਡ ਗਾਇਬ ਹੋਣਾ ਤੇ ਅਸੀਂ ਉਹਨੂੰ ਪੁੱਛਿਆ ਕਿ ਤੁਸੀਂ ਐਫਆਈਆਰ ਕਰਾਓ, ਕਹਿੰਦੇ ਅਸੀਂ ਐਫਆਈਆਰ ਕਰਾਈ। ਮਤਲਬ ਮੈਨੂੰ ਕਿਸੇ ਵੀ ਰੂਪ ਦੇ ਵਿੱਚ ਰਿਕਾਰਡ ਨਹੀਂ ਮਿਲਿਆ। ਦੈਨ ਆਈ ਹੈਵ ਮੂਵਡ ਟੂ ਦੀ ਹੈਡਕੁਆਰਟਰ। ਬਲੌਡ ਲੈਂਡ ਤੋਂ ਪਹਿਲੇ ਕੁਐਸਚਨ ਕਰਨਾ ਚਾਹੀਦਾ, ਅਥਾਰਟੀਜ਼ ਨੂੰ ਕੁਐਸਚਨ ਕਰਨਾ ਚਾਹੀਦਾ, ਮਾਲਕਾਂ ਨੂੰ ਕੁਐਸਚਨ ਕਰਨਾ ਚਾਹੀਦਾ ਕਿ ਇਹ ਇੱਥੇ ਫਿੱਟ ਹੈ, ਉਹਦੇ ਆਸ ਪਾਸ ਆਲਾ ਦੁਆਲਾ ਦੇਖਣਾ ਚਾਹੀਦਾ, ਅੰਨੇ ਬਾਅਦ ਖਰੀਦਦਾਰੀ ਨਹੀਂ ਕਰਨੀ। ਨਮਸਕਾਰ, ਮੈਂ ਸੰਦੀਪ ਸ਼ਰਮਾ, ਇੱਕ ਵਾਰੀ ਫਿਰ ਤੁਹਾਡਾ ਰੂਬਰੂ ਹੋ ਰਿਹਾ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ। ਸੋ ਦੋਸਤੋ, ਰਿਦੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਵੱਲੋਂ, ਜੀ ਹਾਂ, ਖਾਸ ਕਰਕੇ ਸਾਡੇ ਜਿਹੜੇ ਰਾਜ ਸਭਾ ਐਮਪੀ ਬਣੇ ਆ ਆਮ ਆਦਮੀ ਪਾਰਟੀ ਤੋਂ ਸੰਜੀਵ ਅਰੋੜਾ ਜੀ, ਜਿਹਨਾਂ ਦੇ ਐਮਡੀ ਵੀ ਹੈਗੇ ਆ, ਉਹਨਾਂ ਵੱਲੋਂ ਜਿਹੜਾ ਇੰਡਸਟਰੀਅਲ ਲੈਂਡ ਤੇ ਜਿਹੜਾ ਰਿਹਾਇਸ਼ੀ ਪਲਾਟ ਜਿਹੜੇ ਫਲੈਟ ਬਣਾ ਕੇ ਲੋਕਾਂ ਨੂੰ ਵੇਚੇ ਜਾ ਰਹੇ ਆ ਲੁਧਿਆਣੇ ਸ਼ਹਿਰ ਦੇ ਵਿੱਚ, ਉਹ ਮਸਲਾ ਜਿਹੜਾ ਲਗਾਤਾਰ ਭਖਦਾ ਜਾ ਰਿਹਾ ਹੈਗਾ, ਅਰੋਪ ਤੇ ਅਪਰਤਿਰੋਪ ਉਹਨਾਂ ਦੇ ਲੱਗਦੇ ਜਾ ਰਹੇ ਆ, ਕਿਉਂਕਿ ਕਿਹਾ ਜਾ ਰਿਹਾ ਕਿ ਇਹ ਇੰਡਸਟਰੀ ਨੂੰ ਅਲਾਟ ਹੋਈ ਸੀ ਲੈਂਡ, ਔਰ ਜਿਹੜੀ ਲੈਂਡ ਦੇ ਉੱਪਰ ਹੁਣ ਉਹਨੂੰ ਕਮਰਸ਼ਲਾਈਜ਼ ਕੀਤਾ ਜਾ ਰਿਹਾ, ਮੁਨਾਫਾਖੋਰੀ ਕੀਤੀ ਜਾ ਰਹੀ ਹੈ। ਮੈਂ ਨਹੀਂ ਕਹਿ ਰਿਹਾ, ਵੱਖ ਵੱਖ ਜਨਤਾ ਦੇ ਵਿੱਚ ਇਹੋ ਜਿਹੀਆਂ ਗੱਲਾਂ ਚੱਲ ਰਹੀਆਂ। ਸੋ ਅਸੀਂ ਅੱਜ ਇਨਵਾਇਰਮੈਂਟ ਇੰਡਸਟਰੀਅਲਿਸਟ ਨਾਲ, ਇੱਕ ਇਨਵਾਇਰਮੈਂਟ ਜਿਹੜੇ ਹੈਗੇ ਆ ਐਕਟਿਵਿਸਟ ਨਾਲ ਗੱਲਬਾਤ ਕਰ ਰਹੇ ਹਾਂ ਕਿ ਇਹ ਇਹਨਾਂ ਦੀ ਨਜ਼ਰ ਦੇ ਹਿਸਾਬ ਨਾਲ ਫੋਕਲ ਪੁਆਇੰਟ ਜਾਂ ਖਾਸ ਕਰਕੇ ਇੰਡਸਟਰੀਅਲ ਏਰੀਆ, ਮੋਸਟ ਪੋਲੂਟਿਡ ਇੰਡਸਟਰੀਅਲ ਏਰੀਆ ਦੇ ਵਿੱਚ ਇਹੋ ਜਿਹੇ ਰੈਜੀਡੈਂਸ਼ੀਅਲ ਫਲੈਟ ਬਣਾਏ ਜਾਣਗੇ, ਜਨਤਾ ਲਈ ਉਹ ਘਾਤਕ ਹੈ ਜਾਂ ਕਿੱਦਾਂ ਦਾ ਇਨਵਾਇਰਮੈਂਟ ਹੋਏਗਾ, ਕੀ ਕਿਸ ਨਜ਼ਰੀਏ ਨਾਲ ਦੇਖਦੇ ਹਾਂ, ਕਿਉਂਕਿ ਲਗਾਤਾਰ ਜਿਹੜੇ ਹੈਗੇ ਆ ਭਾਜੋ ਜੀ ਇਸ ਮਾਮਲਿਆਂ ਨੂੰ ਚੱਕਦੇ ਰਹਿੰਦੇ ਆ, ਇਨਵਾਇਰਮੈਂਟ ਦੀ ਗੱਲਾਂ ਕਰਦੇ ਆ। ਸੋ ਅੱਜ ਪੁੱਛਦੇ ਹਾਂ ਕਿ ਇਸ ਮਾਮਲੇ 'ਚ ਅਜੇ ਤੱਕ ਇਹਨਾਂ ਨੇ ਆਵਾਜ਼ ਕਿਉਂ ਨਹੀਂ ਬੁਲਾ ਲਈ। ਨਮਸਕਾਰ। ਨਮਸਕਾਰ ਜੀ। ਸੰਦੀਪ ਜੀ, ਮੈਂ ਤੁਹਾਡੇ ਚੈਨਲ ਦੇ ਤਹਿਤ ਪਹਿਲੇ ਦੋ ਤੱਥ ਪੇਸ਼ ਕਰਨਾ ਚਾਹੁੰਦਾ। ਪਹਿਲਾ ਤੱਥ ਤਾਂ ਇਹ ਹੈ ਕਿ 2017 ਵਿੱਚ ਇੱਕ ਸਰਵੇ ਹੋਇਆ ਸੀ ਜਿਹਦੇ ਵਿੱਚ ਲੁਧਿਆਣਾ 102 ਏਅਰ ਪੋਲੂਟਿਡ ਸਿਟੀਜ਼ ਦੇ ਵਿੱਚ ਇੰਡੀਆ ਦੇ ਵਿੱਚ ਮਾਰਕ ਕੀਤਾ ਗਿਆ ਸੀ, ਪੰਜਾਬ ਵਿੱਚ ਨੰਬਰ 1 ਤੇ ਕੀਤਾ ਗਿਆ ਸੀ। ਤੁਸੀਂ ਹੁਣ ਦਾ ਨਮੂਨਾ ਦੇਖਿਆ ਹੀ ਹੈ ਸਾਡੇ ਸਾਹਮਣੇ, ਜਦੋਂ ਲੁਧਿਆਣਾ ਦੇ ਕੋਰੋਨਾ ਦੇ ਕੇਸ ਸਭ ਤੋਂ ਜ਼ਿਆਦਾ ਸੀ,
ਤੇ ਹਾਰਵਰਡ ਦੀ ਸਟੱਡੀ ਵੀ ਇਹ ਕਹਿੰਦੀ ਹੈ ਕਿ 에ਅਰ ਪੋਲੂਸ਼ਨ ਹੀ ਕਾਰਨ ਹੁੰਦਾ ਕਰੋਨਾ ਦੇ ਫੈਲਾਅ ਦਾ। ਹੁਣ 2019 ਦੇ ਵਿੱਚ ਲੁਧਿਆਣਾ ਨੇ ਇੱਕ 에ਅਰ ਐਕਸ਼ਨ ਪਲਾਨ ਸਬਮਿਟ ਕੀਤਾ ਇੰਜੀਨੀਅਰ ਨੂੰ, ਜਿੰਦੇ ਵਿੱਚ ਇੱਕ ਪ੍ਰੋਮਿਸ ਕੀਤਾ ਵੀ 2024 ਤੱਕ ਅਸੀਂ 20-30% ਤੱਕ 에ਅਰ ਪੋਲੂਸ਼ਨ ਨੂੰ ਘਟਾ ਦਾਂਗੇ। ਇੱਕ ਤੱਥ ਤਾਂ ਇਹ ਹੋ ਗਿਆ। ਦੂਸਰਾ ਤੱਥ ਇਹ ਵੀ ਲੁਧਿਆਣੇ ਦੇ ਵਿੱਚ ਇੱਕ 8 ਫੇਸ ਫੋਕਲ ਪੁਆਇੰਟ ਹੈ, ਜਿਹੜਾ 8 ਫੇਸ ਫੋਕਲ ਪੁਆਇੰਟ ਹੈ ਉਹ ਸਪੈਸ਼ਲੀ ਪੋਲੂਟਿਡ ਇੰਡਸਟਰੀ ਵਾਸਤੇ ਅਲਾਟ ਕੀਤਾ ਗਿਆ ਸੀ। ਇੱਥੇ 8 ਫੇਸ ਦੋ ਹਿੱਸਿਆਂ ਦੇ ਵਿੱਚ ਵੰਡਿਆ, ਇੱਕ ਜਿਹੜਾ ਮੇਨ 8 ਫੇਸ ਹੈ, ਇੱਕ 34 ਏਕੜ ਆ। ਇਹ ਦੋਨੋਂ 8 ਫੇਸਾਂ ਦੇ ਵਿਚਕਾਰ ਇੱਕ 1100 ਏਕੜ ਜਗ੍ਹਾ ਹੈ, ਜਿੱਥੇ ਹੁਣੇ ਇੱਕ ਬੜੀ ਹੀ ਇੱਕ ਖੂਬਸੂਰਤ ਐਡਵਰਟਾਈਜ਼ ਕੀਤੀ ਜਾ ਰਹੀ ਹੈ, ਇੱਕ ਹਾਊਸਿੰਗ ਪ੍ਰੋਜੈਕਟ ਆ ਰਿਹਾ ਸਮਝੇ। ਤੁਸੀਂ ਆਪ ਹੀ ਸੋਚੋ ਵੀ ਜਿੱਥੇ ਪੋਲੂਟਿਡ ਇੰਡਸਟਰੀ ਬਿਲਕੁਲ ਨੇੜੇ ਹੈ, ਕਿਤੇ ਉਹ ਰਿਹਾਇਸ਼ੀ ਰਹਿਣ ਦੇ ਕਾਬਲ ਹੈਗੇ? ਮਤਲਬ ਇਹ ਤਾਂ ਸਰਾਸਰ ਇੱਕ ਤਰ੍ਹਾਂ ਦਾ ਆਉਣ ਵਾਲੀ ਜਨਰੇਸ਼ਨ ਨੂੰ ਜਾਂ ਜਿਹੜੇ ਉੱਥੇ ਲੋਟੀਜ਼ ਹੈ ਉਹਨਾਂ ਨੂੰ ਮੌਤ ਦੇ ਕੂਹੇ ਦੇ ਵਿੱਚ ਧੱਕੇ ਲੱਗਾ ਦਿੱਤਾ ਸਿਰਫ ਆਪਣੇ ਵੈਸਟਡ ਇੰਟਰਸਟ ਵਾਸਤੇ। ਅੱਛਾ, ਇਹ ਮੰਨਦੇ ਹੋ ਤੁਸੀਂ? ਬਿਲਕੁਲ ਮੰਨਦੇ ਆ ਜੀ। ਤੁਸੀਂ ਮੈਨੂੰ ਇੱਕ ਗੱਲ, ਤੁਸੀਂ ਮੇਰੀ ਸਟੇਟਮੈਂਟ ਤੋਂ ਬਾਅਦ ਤੁਸੀਂ ਪੋਲੂਸ਼ਨ ਕੰਟਰੋਲ ਬੋਰਡ ਦੇ ਚੀਫ ਇੰਜੀਨੀਅਰ ਜਿਹੜੇ ਵੀ ਹੈਗੇ ਨੇ ਮਿਸਟਰ ਗੁਲਚਰ ਰਾਏ, ਤੁਸੀਂ ਉਹਨਾਂ ਦੀ ਸਟੇਟਮੈਂਟ ਲੈ ਦਿਓ ਕਿ ਉਹ ਲਿਖ ਕੇ ਦੇ ਸਕਦੇ ਨੇ ਵੀ ਦਿਸ ਲੈਂਡ ਇਜ਼ ਫਿਟ ਫਾਰ ਹਿਊਮਨ ਲਾਈਫ। ਓਕੇ, ਇਜ਼ ਇਟ ਫਿਟ ਫਾਰ ਬਿਕਾਜ਼ ਹਿਊਮਨ ਲਾਈਫ ਤੇ ਲਿਵਿੰਗ ਵਾਸਤੇ ਇਹ ਲੈਂਡ ਸਹੀ ਹੈ? ਜੀ। ਇਸ ਟਾਈਮ ਮੈਂ 5 ਮਿੰਟ ਪਹਿਲੇ ਇੱਕ ਪੋਲੂਸ਼ਨ ਲੈਵਲ ਚੈੱਕ ਕੀਤਾ ਹੈ ਆਪਣੇ ਲੁਧਿਆਣੇ ਦੇ ਵਿੱਚ, ਸਿਰਫ 1 ਮੀਟਰ ਲੱਗਾ ਜੀ ਪੋਲੂਸ਼ਨ ਚੈੱਕ ਕਰਨ ਵਾਲਾ, ਉਹ ਵੀ ਇਹਨਾਂ ਨੇ ਜਾਣ ਬੁੱਝ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅੰਦਰ ਲਗਾਇਆ, ਜਿਹੜਾ ਬਿਲਕੁਲ ਇੱਕ ਗ੍ਰੀਨ ਏਰੀਆ ਆਪਣੇ ਲੁਧਿਆਣੇ। ਉੱਥੇ ਇਸ ਟਾਈਮ 153 ਏਅਰ ਕੁਆਲਿਟੀ ਇੰਡੈਕਸ ਆ ਰਿਹਾ ਤੇ ਇੱਥੇ ਨੈਚੁਰਲੀ ਇਸ ਟਾਈਮ 200 ਤੋਂ ਉੱਤੇ ਹੁੰਦਾ। 100 ਤੋਂ ਬਾਅਦ ਉਹ ਆਪਣੇ ਹਿਊਮਨ ਲਾਈਫ ਦੇ ਲਈ ਫਿਟ ਨਹੀਂ ਹੁੰਦਾ। ਅੱਛਾ ਜੀ, ਸਟੱਡੀ ਕਹਿੰਦੀ ਹੈ, ਸਟੱਡੀ ਕਹਿੰਦੀ ਹੈ 200 ਤੋਂ ਬਾਅਦ ਉਹ ਇੰਨਾ ਅਨਹੈਲਦੀ ਹੋ ਜਾਂਦਾ, ਹਰ ਬੰਦੇ ਨੂੰ ਅਫੈਕਟ ਕਰਦਾ, ਬਜ਼ੁਰਗ ਨੂੰ ਤੇ ਬੱਚਿਆਂ ਨੂੰ ਬਹੁਤ ਅਫੈਕਟ ਕਰਦਾ। ਤੁਸੀਂ ਦੇਖ ਰਹੇ ਹੋ ਅੱਜ ਕੱਲ ਕਿੰਨੇ ਮੰਦਬੁੱਧੀ ਬੱਚੇ ਪੈਦਾ ਹੋ ਰਹੇ, ਮੰਦਬੁੱਧੀਆਂ ਦੀ ਕਿੰਨੀ ਕੁਆਂਟਿਟੀ ਵੱਧ ਰਹੀ ਹੈ। ਉਸ ਤੋਂ ਬਾਅਦ ਬਜ਼ੁਰਗ, ਅਸਥਮਾ, ਕਿੰਨੇ ਰੋਗ ਵੱਧ ਰਹੇ ਨੇ, ਕੈਂਸਰ, ਆਪਣਾ ਪੰਜਾਬ ਕੈਂਸਰ ਦਾ ਕੈਪੀਟਲ ਬਣਨਾ ਜਾ ਰਿਹਾ, ਡੀਐਮਸੀ ਨੇ ਇੱਕ ਕੈਂਸਰ ਦਾ ਨਵਾਂ ਸੈੱਲ ਖੋਲ ਦਿੱਤਾ ਹੈ। ਮਤਲਬ ਤੁਸੀਂ ਦੇਖੋ, ਆਪਾਂ ਬਠਿੰਡੇ ਦੀਆਂ ਗੱਲਾਂ ਕਰਦੇ ਹਾਂ, ਬਠਿੰਡਾ ਕੈਂਸਰ ਦੀ ਉਹ ਪਾਣੀ ਕਰਕੇ ਹੋ ਰਿਹਾ, ਹੁਣ 에ਅਰ ਕਰਕੇ ਲੁਧਿਆਣਾ ਆਪਾਂ ਕੈਂਸਰ ਕੈਪੀਟਲ ਬਣਾਉਣ ਚ ਚੁੱਕਾ ਹੈ। ਬਿਲਕੁਲ ਠੀਕ ਹੈ, ਬਟ ਉਸੇ ਤੁਸੀਂ ਇਹ ਦੇਖੋ ਵੀ ਕਿੰਨੀ ਵਿਡੰਬਨਾ ਹੈ ਇੱਕ ਆਪਣੇ ਵੈਸਟਡ ਇੰਟਰਸਟ ਵਾਸਤੇ ਆਪਾਂ ਪੋਲੂਟਿਡ ਇੰਡਸਟਰੀ ਦੇ ਵਿੱਚੋਂ ਵਿੱਚ ਇੱਕ ਹਾਊਸਿੰਗ ਪ੍ਰੋਜੈਕਟ ਲੈ ਕੇ ਆਏ। ਮਤਲਬ ਮੈਂ ਤਾਂ ਹੈਰਾਨੀ ਹੁੰਦੀ ਹੈ ਜਿਹੜੇ ਗਲਾਡਾ ਵਾਲੇ ਪੋਲੂਸ਼ਨ ਕੰਟਰੋਲ ਵਾਲੇ ਇਹ ਸੁੱਤੇ ਹੋਏ ਨੇ, ਉਹਨਾਂ ਨੂੰ ਇਹ ਚੀਜ਼ ਨਜ਼ਰ ਨਹੀਂ ਆਉਂਦੀ ਵੀ ਉਹ ਆਪਣੇ ਮਤਲਬ ਥੋੜੀ ਕਿਕਬੈਕਸ ਵਾਸਤੇ ਜਾਂ ਕਿਵੇਂ ਉਹਨਾਂ ਨੇ ਅਪਰੂਵਲਾਂ ਦੇ ਦਿੱਤੀ ਕਿ ਇਸ ਪ੍ਰੋਜੈਕਟ ਦਾ ਇਨਵਾਇਰਨਮੈਂਟਲ ਇੰਪੈਕਟ ਅਸੈਸਮੈਂਟ ਹੋਇਆ। ਬਿਲਕੁਲ ਠੀਕ ਹੈ, ਇੱਕ ਛੋਟੀ ਇੰਡਸਟਰੀ ਹੁੰਦੀ ਹੈ 200-250 ਗਜ 1000 ਗਜ, ਉਹਨੂੰ ਤਾਂ ਪੋਲੂਸ਼ਨ ਵਾਲੇ ਵਾਲੇ ਇੱਦਾਂ ਫੜਦੇ ਨੇ ਜਿਵੇਂ ਪਾਕਿਸਤਾਨ ਦਾ ਬੰਦਾ ਹੋ, ਜਿਹੜੇ ਵੱਡੇ ਵੱਡੇ ਕਾਰਪੋਰੇਟਸ ਨੇ ਉਹਨਾਂ ਨੂੰ ਉਦਾਂ ਹੀ ਛੱਡ ਦਿੱਤਾ ਜਾਂਦਾ ਸਿਰਫ ਇਸੇ ਕਰਕੇ ਵੀ ਉਹ ਵੱਡਾ ਕਾਰਪੋਰੇਟ ਹੈ ਤੇ ਉਹਨਾਂ ਨੂੰ ਜੋ ਮਰਜ਼ੀ ਆਵੇ ਉਹ ਹਾਊਸਿੰਗ ਪ੍ਰੋਜੈਕਟ ਬਣਾਉਣ ਜੋ ਮਰਜ਼ੀ ਕਰੇ। ਬਿਲਕੁਲ ਠੀਕ ਹੈ, ਮਤਲਬ ਇਹ ਬਹੁਤ ਹੀ ਆਇਰਨੀ ਹੈ ਆਪਣੇ ਦੇਸ਼ ਦੀ। ਤੇ ਇਹਨੂੰ ਕਿਸ ਨਜ਼ਰੀਏ ਨਾਲ ਦੇਖ ਲਓ ਕਿ ਇੱਕ ਖੁਦ ਲੋਕ ਸਾਡੇ ਜਿਵੇਂ ਰਾਜ ਸਭਾ MP ਇਸ ਪ੍ਰੋਜੈਕਟ ਦੇ ਤਾਂ ਜਿਹੜੇ ਮਾਲਕ ਹੈ, ਪ੍ਰਮੋਟਰ ਹੈ, ਖੁਦ ਸਾਡੇ ਉਹਨੇ ਰਾਜ ਸਭਾ MP ਬਣੇ, ਇਹਨੂੰ ਕਿਸ ਨਜ਼ਰੀਏ ਨਾਲ ਤੁਸੀਂ ਦੇਖ ਲਓ ਕਿ ਉਹ ਤੁਹਾਨੂੰ ਲੱਗਦਾ ਕਿ ਇਹੋ ਜਿਹਾ ਬੰਦਾ ਜਿਹੜਾ ਕਿ ਰਾਜ ਸਭਾ MP ਬਣਿਆ ਹੈ ਜਨਪ੍ਰਤੀਨਿਧੀ ਹੈ ਕਿ ਉਹ ਵੀ ਇੱਦਾਂ ਦੀ ਗੱਲ ਕਰ ਸਕਦਾ ਹੈਗਾ? ਮੈਨੂੰ ਲੱਗਦਾ ਕਿਤੇ ਨਾ ਕਿਤੇ ਤੁਹਾਨੂੰ ਭੁਲੇਖਾ ਲਾ ਲੱਗਾ। ਹਾਂ ਦੇਖੋ ਜੀ, ਗੱਲਾਂ ਸਾਰੀਆਂ ਚੱਟ ਜਾ ਰਹੇ ਜਿਹੜੀਆਂ ਮੈਂ ਦੱਸ ਰਿਹਾ ਵੀ ਆਪਣੀ ਜਿਹੜੀ ਇੰਡੀਅਨ ਗਵਰਨਮੈਂਟ ਔਰ ਡੈਮੋਕ੍ਰੈਟਿਕ ਗਵਰਨਮੈਂਟ, ਇਹਦੇ ਵਿੱਚ 3 ਪਿੱਲਰ ਕਹੇ ਜਾਂਦੇ ਨੇ। ਇੱਕ ਪਹਿਲਾ ਪਿੱਲਰ ਹੈ ਆਪਣਾ ਲੈਜਿਸਲੇਟਿਵ, ਜਿਹੜੇ ਨੁਮਾਇੰਦੇ ਆਪਾਂ ਚੁਣ ਕੇ ਵੋਟਾਂ ਦੇ ਰਾਹੀਂ ਲੋਕ ਸਭਾ, ਰਾਜ ਸਭਾ ਜਾਂ ਵਿਧਾਨ ਸਭਾ ਦੇ ਵਿੱਚ ਭੇਜਦੇ। ਦੂਸਰਾ ਆਪਣੇ ਐਗਜ਼ੀਕਿਊਟਿਵ, ਜਿਹੜੇ ਪੜ੍ਹ ਲਿਖ ਕੇ IAS IPS ਜਾਂ ਅਫਸਰ ਬਣਦੇ ਨੇ, ਠੀਕ ਹੈ। ਤੀਸਰਾ ਆਪਣੀ ਜੁਡੀਸ਼ਰੀ, ਜੁਡੀਸ਼ਰੀ ਕੋਲ ਤਾਂ ਮੈਟਰ ਬਾਅਦ ਚੋਂ ਪਹੁੰਚਦਾ, ਕਦੇ ਪਾਸੇ ਕਈ ਲੋਕਾਂ ਨੇ ਕੇਸ ਲਗਾਏ ਵੀ ਹੋਏ ਨੇ। ਪਹਿਲੇ ਆਪਾਂ ਦੋ ਪਿੱਲਰਾਂ ਦੀ ਗੱਲ ਕਰੀਏ, ਲੈਜਿਸਲੇਟਿਵ ਤੇ ਐਗਜ਼ੀਕਿਊਟਿਵ। ਜਿਹੜਾ ਲੈਜਿਸਲੇਟਿਵ ਹੈ ਉਹਨੂੰ ਉੱਤੇ ਕਿਉਂ ਰੱਖਿਆ ਜਾਂਦਾ? ਕਿਉਂਕਿ ਉਹ ਜਨਤਾ ਤੋਂ ਨੁਮਾਇੰਦਾ ਹੈ। ਉਹ ਇੱਕ ਇਲਾਕੇ ਦੇ 10,000, 20,000, 50,000, 1,00,000 ਬੰਦਿਆਂ ਨੂੰ ਨੁਮਾਇੰਦਾ ਕਰਕੇ ਉਹ ਸਾਡੀ ਆਵਾਜ਼ ਵਾਸਤੇ ਉੱਤੇ ਜਾਂਦਾ। ਮਤਲਬ ਉਹਦਾ ਮੇਨ ਮੋਟਿਵ, ਉੱਥੇ ਜਾ ਕੇ ਉਹ ਕਸਮ ਵੀ ਲੈਂਦਾ, ਸੰਵਿਧਾਨ ਦੀ ਕਸਮ, ਸੰਵਿਧਾਨ ਦੀ ਕਸਮ ਲੈਂਦਾ। ਉਹ ਮਤਲਬ ਕੋਈ ਗ੍ਰੇਟਰ ਪਬਲਿਕ ਇੰਟਰਸਟ ਵਾਸਤੇ ਕੰਮ ਕਰੇਗਾ ਜਿਹਦੇ ਵਿੱਚ ਬਹੁਤਿਆਤ ਬੰਦਿਆਂ ਦਾ ਫਾਇਦਾ ਹੋਵੇਗਾ। ਹੁਣ ਇਹ ਕੰਟਰਡਿਕਸ਼ਨ ਹੋ ਗਿਆ, ਇੱਕ ਪਾਸੇ ਤਾਂ ਆਪਾਂ ਗ੍ਰੇਟਰ ਪਬਲਿਕ ਇੰਟਰਸਟ ਦੀ ਗੱਲ ਕਰ ਰਹੇ ਹਾਂ, ਦੂਸਰੇ ਪਾਸੇ ਆਪਾਂ 10-20,000 ਜਿਹੜੇ ਬੰਦੇ ਆ ਉਹਨਾਂ ਦੇ ਸਿਹਤ ਦਾ ਖਿਆਲ ਕਰ ਰਹੇ ਹਾਂ। ਇਹਦੇ ਵਿੱਚ ਗ੍ਰੇਟਰ ਪਬਲਿਕ ਇੰਟਰਸਟ ਤਾਂ ਫਿਰ ਉਲਟਾ ਹੀ ਹੋ ਗਿਆ। ਇਹਦੇ ਵਿੱਚ ਫਿਰ ਲੈਜਿਸਲੇਟਿਵ ਦੀ ਜਿਹੜੀ ਭੂਮਿਕਾ ਉਹ ਉਹਦੇ 'ਤੇ ਬਹੁਤ ਵੱਡਾ ਕੁਐਸਚਨ ਮਾਰਕ ਹੈ।
दूसरे पास से इस वक्त जेड़ा मिनिस्ट्री ऑफ एनवायरनमेंट है साडे माननीय मुख्यमंत्री भगवंत सिंह मान जी ते सेक्रेटरी ने अपने राहुल तिवारी जेड़े ते लुधियाने दे डीसी ने के दिए अच्छा ओना नु लुधियाने दी पूरी टेल सिचुएशन पता भी लुधियाना कितना पोल्यूटेड सिटी है जी मतलब ओना नु भी एक क्वेश्चन मार्क पड़दा ओना नु वास्ते भी ए जेड़ा की मेनू याद है कि जदों राहुल तिवारी जी खुद लुधियाने दे डीसी रहे थे ते ओना ने एग्जांपल क्रिएट की थी बड़ा उन्होंने एक अच्छे काम किए थे लोग उन्होंने पसंद करते थे पर आज तुम कहते हो कि वो मजबूरियां के कारण वो भी कितने ना कितने मैं मजबूरियां का तो नहीं मैंने पता कि वो मजबूरियां करके है पर मैंने कह कहता कि मैं अपनी सीट पे बैठा कितना के जस्टिस करता मैं लेजिस्लेटिव की सीट पे क्वेश्चन मार्क है तो एग्जीक्यूटिव की सीट पे क्वेश्चन मार्क है कि जे मैं उस सीट पे बैठा तो मैं अपने काम ले अपने जेडी ओस वास्ते कितना तू बिल्कुल नहीं पर मैंने थोड़ा जहां जिम्मे लोग जुमला चल रहा है तो देखो जो आप किसी ना किसी भुखे ही है क्योंकि ये चीज समझो उन्होंने तो अपना पब्लिक के भी तो आते हैं तो उन्होंने अपना इंटरस्ट तो देख ही है सर मैं देखो इस आर्टिकल 14 जो संविधान का वो है इक्वैलिटी बिफोर जी कोई भी आदमी जो एक इंडस्ट्री बनाता है या कलाडा कोई प्लांट करती है कॉलोनी करती है वो सारे नॉर्म्स पूरी करती है बट जो कोई बाहुबली कोई ताकतवर कोई कॉर्पोरेट आता है उदो सारे कानून चिकू टोट हो दिए जाते हैं मतलब यह सोचने की गल है मतलब एक इंडस्ट्री लाने वास्ते आप 25-30 डिपार्टमेंट्स हो जाते हैं सारे तो अप्रूवल लेने हैं बंदे की मैं कहना बूट कर देंगे 10-12 ਕਿਉਂਕਿ ਹੁਣ ਆਪਾਂ ਇੱਥੇ ਖੜ ਕੇ ਆਪਾਂ ਏਅਰ ਮੈਂ ਚੈਲੰਜ ਕਰਦਾ ਗੁਲਸ਼ਨ ਰਾਏ ਜੀ ਪੰਜਾਬ ਪੁਲਿਸ ਕੰਟਰੋਲ ਬੋਰਡ ਦੇ ਜਿਹੜੇ ਹੈਡ ਨੇ ਇੱਥੇ ਆ ਕੇ ਏਅਰ ਕੁਆਲਿਟੀ ਇੰਡੈਕਸ ਚੈੱਕ ਕਰ ਜੀ ਦੈਟ ਇਜ਼ ਫਿਟ ਫॉर ਹਿਊਮਨ ਹੈ ਉਸ ਤੋਂ ਬਾਅਦ ਹੀ ਆਪਾਂ ਅਪਰੂਵਲ ਦਵਾਂ ਆਪਾਂ ਅੱਜ ਉਹਦਾ ਇੰਡਸਟਰੀ ਚਲਾਉਣ ਲਈ ਵੀ ਕਿਹਾ ਜਾਂਦਾ ਤਾਂ ਫਿਟ ਨਹੀਂ ਹੈ ਤੇ ਜੇ ਇੰਡਸਟਰੀ ਚਲਾ ਸਕਦੇ ਆ ਤੇ ਘਰ ਵੀ ਨਹੀਂ ਜਾ ਸਕਦੇ ਘਰ ਵਿੱਚ ਦੇਖੋ ਜੀ ਇੰਡਸਟਰੀ ਵਿੱਚ ਤਾਂ ਇੱਕ ਮਜਬੂਰੀ ਕਹਿ ਲਓ ਜਾਂ ਇੱਕ ਆਪਣਾ ਰਿਕੁਆਇਰਮੈਂਟ ਕਹਿ ਲਓ ਜਿੰਦੇ ਵਿੱਚ ਆਪਾਂ ਲੇਬਰ ਆਉਂਦੀ ਹੈ ਤੇ ਲੇਬਰ ਤੇ ਆਪਣੇ ਆਪ ਸ਼ਾਮ ਨੂੰ ਘਰ ਨੂੰ ਚਲੀ ਜਾਂਦੀ ਹੈ ਮਤਲਬ ਉੱਥੇ ਆਪਾਂ ਕੁਝ ਸਮਾਂ ਹੀ ਆ ਕੁਝ ਸਮੇਂ ਲਈ ਆਉਂਦੇ ਆ 10-12 ਘੰਟੇ ਲਈ ਬਟ ਇੱਥੇ ਫੈਮਿਲੀਜ਼ ਨੂੰ ਸਥਾਪਿਤ ਕਰਦੇ ਹੈ ਇੱਥੇ ਉਹਨਾਂ ਦੇ ਨਾਲ ਇੱਕ ਸਰਕਾਰ ਹੋ ਗਈ ਹੈ ਬੱਚੇ ਤੇ ਬਜ਼ੁਰਗਾਂ ਦੀ ਆ ਪਰਮਾਨੈਂਟ ਸਟੇ ਜਿਹੜੇ ਮੋਸਟ ਵਲਨਰੇਬਲ ਉੱਥੇ ਆਪਾਂ ਸ਼ਾਪਿੰਗ ਟੈਕਸ ਬਣਾ ਰਹੇ ਹਾਂ ਜਿੱਥੇ ਫੁੱਟਫਾਲ ਤਕਰੀਬਨ 2-3 ਹਜ਼ਾਰ ਬੰਦਾ ਹਰ ਟਾਈਮ ਹੋਏਗਾ ਜਿੱਥੇ ਸਿਨੇਮਾ ਹੋਰ ਕੰਪਲੈਕਸਿਸ ਆ ਰਹੇ ਨੇ ਜਿਵੇਂ ਤੁਸੀਂ ਵੀ ਦੱਸਿਆ ਫੋਕਲ ਪੁਆਇੰਟ ਦੇ ਸਾਹਿਬ ਇਹ ਕਿਸਾਨਾਂ ਤੋਂ ਅਲਾਟਮੈਂਟ ਦਿੱਤੀ ਗਈ ਸੀ ਕਿਸਾਨਾਂ ਤੋਂ ਇਨਕੁਆਇਰ ਕੀਤੀ ਗਈ ਇੰਡਸਟਰੀ ਨੂੰ 20 ਸਾਲਾਂ ਦੀ ਆਸਾਨ ਕਿਸ਼ਤਾਂ ਤੇ ਅਲਾਟ ਕੀਤੀ ਗਈ ਮੈਂ ਪੁੱਛਣਾ ਚਾਹੁੰਦਾ ਕਿ ਇਹ ਵੀ ਜ਼ਮੀਨ ਦਾ ਸੀਏਡੀਯੂ ਹੋ ਸਕਦਾ ਉਹ ਕਹਿੰਦੇ ਕਿ ਅਸੀਂ ਸੀਏਡੀਯੂ ਕਰਾ ਲਿਆ ਇਹਦਾ ਰੈਜੀਡੈਂਸ਼ੀਅਲ ਕਰਨ ਦੀ ਤੁਸੀਂ ਬਹੁਤ ਪੜ੍ਹੇ ਲਿਖੀ ਗੱਲਾਂ ਕਰ ਰਹੇ ਹੋ ਮੈਂ ਪੁੱਛਣਾ ਚਾਹੁੰਦਾ ਕਿ ਕੀ ਕਿਤੇ ਸੀਏਡੀਯੂ ਹੋ ਸਕਦਾ ਇਹਦਾ ਦੇ ਕੋਈ ਨਾਮ ਹੁੰਦੇ ਜਦੋਂ ਇੰਡਸਟਰੀ ਅਲਾਟ ਹੁੰਦੀ ਹੈ ਇੱਕ ਅਧਾਰ ਹੈ PSIC ਜੀ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ 18 ਹਿਮਾਲਿਆ ਬਾਅਦ ਵਿੱਚ ਚੰਡੀਗੜ੍ਹ ਤੋਂ ਬਾਅਦ ਜੀ ਉਹਨੀਆਂ ਕੁਝ ਸ਼ਰਤਾਂ ਹੁੰਦੀਆਂ ਕਿ ਜੇ ਅਸੀਂ ਤੁਹਾਨੂੰ ਇੱਕ ਸਬਸਿਡਾਈਜ਼ਡ ਲੈਂਡ ਦੇ ਰਹੇ ਹਾਂ ਤਾਂ ਇਹਦੇ ਵਿੱਚ ਤੁਸੀਂ 3 ਸਾਲ ਦੇ ਵਿੱਚ ਵਿੱਚ ਇੱਥੇ ਪ੍ਰੋਡਕਸ਼ਨ ਸ਼ੁਰੂ ਕਰਨਾ ਨੈਚੁਰਲੀ ਜਿਹੜੀ ਇੰਡਸਟਰੀ ਤੇ ਐਗਰੀਕਲਚਰ ਕਿਸੇ ਵੀ ਸੂਬੇ ਦਾ ਉਹ ਇੱਕ ਸੋਰਸ ਹੁੰਦਾ ਹੈ ਰੈਵਨਿਊ ਦਾ ਜੀ ਹੁਣ ਇੰਡਸਟਰੀ ਇਸ ਕਰਕੇ ਗਵਰਨਮੈਂਟ ਪ੍ਰਮੋਟ ਕਰਦੀ ਹੈ ਕਿ ਸਾਨੂੰ ਰੈਵਨਿਊ ਮਿਲੇਗਾ ਇੰਪਲੋਇਮੈਂਟ ਜਦ ਆਪਾਂ ਇੰਡਸਟਰੀ ਨੂੰ ਇੱਕ ਜਗ੍ਹਾ ਅਲੋਟ ਕਰ ਦਿੱਤੀ ਉਸ ਤੋਂ ਬਾਅਦ ਉਹਦੇ ਨਾਮ ਸੈੱਟ ਕਰ ਦਿੱਤੇ ਵੀ 3 ਸਾਲ ਬਾਅਦ ਇੱਥੇ ਪ੍ਰੋਡਕਸ਼ਨ ਸ਼ੁਰੂ ਹੋਏਗੀ ਇੱਥੋਂ ਦੀ ਰੈਵਨਿਊ ਆਉਣਾ ਸ਼ੁਰੂ ਹੋਏਗਾ ਬਟ 20-30 ਸਾਲ ਹੋ ਗਿਆ ਤੇ ਉੱਥੇ ਪ੍ਰੋਡਕਸ਼ਨ 30 ਸਾਲ ਸੌਰੀ 30 ਸਾਲ ਹੋ ਜਾਣ ਤੋਂ ਉੱਥੇ ਰੈਵਨਿਊ ਜਨਰੇਟ ਨਾ ਹੋਵੇ ਤੇ ਫਿਰ ਉਸ ਲੈਂਡ ਨੂੰ ਉਹਦਾ ਮੋਡ ਚੇਂਜ ਕਰਕੇ ਉਹਨੂੰ ਰੈਜ਼ੀਡੈਂਸ਼ੀਅਲ ਬਣਾ ਦਿੱਤਾ ਜਾਵੇ ਦੂਸਰੇ ਪਾਸੇ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ
ਇੱਥੇ 8 ਫੇਸ ਦੇ ਜਿਹੜੇ ਨਾਲ ਛੋਟੇ ਪਲਾਟ ਨੇ ਉਹਦੇ ਵਿੱਚ ਆਲਮੋਸਟ ਮੋਰ ਦੈਨ 50 ਪਲਾਟਸ ਇਹਨਾਂ ਨੇ ਕੈਨਸਲ ਕਰ ਦਿੱਤੇ ਕਿਉਂਕਿ ਉਹਨਾਂ ਨੇ 3 ਸਾਲ ਚ ਪ੍ਰੋਡਕਸ਼ਨ ਸ਼ੁਰੂ ਨਹੀਂ ਕੀਤੀ। ਅੱਛਾ ਇਦਾਂ ਵੀ ਹੋਇਆ? ਇਦਾਂ ਵੀ ਹੋਇਆ ਜੀ, ਜਿਹਨਾਂ ਨੇ ਉੱਥੇ ਕੰਸਟਰਕਸ਼ਨ ਜਾਂ ਨਹੀਂ ਕੀਤੀ, ਇੱਕ ਬੰਦੇ ਨੇ ਉੱਥੇ ਕੰਡਾ ਲਾ ਲਿਆ ਜੀ ਆਪਣੇ ਫੈਕਟਰੀ ਦਾ, ਉਹਦਾ ਪਲਾਟ ਕੈਨਸਲ ਕਰ ਦਿੱਤਾ। ਅੱਛਾ, ਮਤਲਬ ਕੰਡਾ ਲਾਏ ਤੇ ਪਲਾਟ ਕੈਨਸਲ ਹੋ ਗਿਆ? ਹਾਂ, ਘਰ ਬਣਾਉਣ ਤੇ ਕੋਈ ਪਲਾਟ ਨਹੀਂ। ਉਦੋਂ ਉਹਨਾਂ ਨੇ ਸੀਐਲਯੂ ਕਰਾ ਦਿੱਤਾ ਸਰ। ਸੀਐਲਯੂ ਸਰ, ਮੈਂ ਉਹੀ ਤਾਂ ਕਹਿ ਰਿਹਾ, ਵੱਡਾ ਬੰਦਾ ਸੀਐਲਯੂ ਕਰਾ ਸਕਦਾ ਤੇ ਛੋਟਾ ਨਹੀਂ ਕਰਾ ਸਕਦਾ। ਮਤਲਬ ਆਰਟੀਕਲ 14 ਇੰਡੀਅਨ ਕਨਸਟੀਟਿਊਸ਼ਨ ਦਾ ਕਹਿੰਦਾ ਇਕੁਐਲਿਟੀ ਆਫ ਬਿਫੋਰ ਲਾ। ਜੇ ਤੁਹਾਡੇ ਲਈ ਵੀ ਉਹੀ ਕਾਨੂੰਨ ਹੈ, ਮੇਰੇ ਲਈ ਵੀ ਉਹੀ ਕਾਨੂੰਨ। ਬਿਲਕੁਲ ਠੀਕ ਹੈ। ਠੀਕ ਹੈ, ਮੈਂ ਉਹੀ ਕਹਿ ਰਿਹਾ ਕਿ ਤੁਹਾਡਾ ਕਾਨੂੰਨ ਕਾਨੂੰਨ, ਸਾਡਾ ਕਾਨੂੰਨ ਚਿੱਕੂ। ਜੀ ਬਿਲਕੁਲ ਠੀਕ ਹੈ। ਇੱਕ ਇਹ ਜਿਹੀ ਵੀ ਅਫਵਾਹ ਉੜੀ ਸੀ ਜਾਂ ਪਿੱਛੇ ਵੀ ਰੂਮਰ ਉੜਿਆ ਸੀ, ਮੈਨੂੰ ਯਾਦ ਹੈ ਕਿ ਕਿਸੇ ਮੰਤਰੀ ਨੇ ਕੋਈ ਫੋਕਲ ਪੁਆਇੰਟ ਦੇ ਪਲਾਟਾਂ ਦਾ ਕੋਈ ਕੰਮ ਕਰਾਉਣ ਲਈ 100 ਕਰੋੜ ਰੁਪਇਆ ਪਿਛਲੀ ਸਰਕਾਰ ਨੂੰ ਦੇ ਕੇ ਲੈ ਦਿੱਤਾ ਸੀਗਾ। ਇਸਦੇ ਵਿੱਚ ਵੀ ਕੋਈ ਸੱਚਾਈ ਸੀ? ਇਹ ਤਾਂ ਨਹੀਂ ਕਿ ਏਦਾਂ ਦੇ ਕੰਮ ਸੀ, ਪਤਾ ਨਹੀਂ ਲੱਗਿਆ, ਉਹ ਅਫਵਾਹ ਜ਼ਰੂਰ ਸੀਗੀ ਇਲੈਕਸ਼ਨਾਂ ਦੇ ਮੋੜ 'ਚ, ਕਿਉਂਕਿ ਉਹ ਤਾਂ ਐਂ ਲੱਗਦਾ ਸੀਗਾ ਕਿ ਇਲੈਕਸ਼ਨ ਵੀ ਚੱਲ ਰਹੇ ਸੀ, ਅਫਵਾਹ ਵੀ ਹੋ ਸਕਦੀ ਹੈ ਤੇ ਸੱਚ ਵੀ ਹੋ ਸਕਦਾ। ਏਦਾਂ ਤਾਂ ਨਹੀਂ ਕਿ ਏਦਾਂ ਦੀਆਂ ਗੱਲਾਂ ਹੋਈਆਂ? ਇਸ ਬਾਰੇ ਕੋਈ ਜਾਣਕਾਰੀ ਨਹੀਂ। ਅੱਛਾ, ਹੋਰ ਕੋਈ ਇਸ ਮਾਮਲੇ ਬਾਰੇ ਜਿਵੇਂ ਜਾਣਕਾਰੀ, ਜਿਵੇਂ ਤੁਸੀਂ ਬਹੁਤ ਅੱਛੀ ਇਨਫੋਰਮੇਸ਼ਨ ਦਿੱਤੀ ਹੈ ਕਿ ਜਿਹੜਾ ਇਹ ਕਿਹੜੇ ਡਿਪਾਰਟਮੈਂਟ ਦੇ ਅੰਦਰ ਹੋਇਆ ਸੀ, ਤੇ ਤੁਸੀਂ ਕਹਿ ਰਹੇ ਹੋ ਕਿ ਜੇ 3 ਸਾਲਾਂ 'ਚ ਨਾ ਪੜ੍ਹਾਈ ਜਾਂਦੀ ਤੇ ਜੁਰਮਾਨੇ ਲੱਗਦੇ ਸੀ, ਇਹ ਤਾਂ ਜਿਵੇਂ ਹੁਣ ਆ ਕੇ ਬਣੀ ਤੇ ਇੰਨੇ ਸਾਲ ਨਹੀਂ ਬਣੀ, ਕਿ ਇਹਦੇ ਕੋਈ ਜੁਰਮਾਨਿਆਂ ਦਾ ਪ੍ਰਾਵਧਾਨ ਸੀ? ਜੁਰਮਾਨਿਆਂ ਦਾ ਪ੍ਰਾਵਧਾਨ ਹੈ, ਪਰ ਜੇ ਤੁਸੀਂ ਜੁਰਮਾਨੇ ਵੀ ਨਹੀਂ ਬਣਾਉਂਦੇ ਦਿੰਦੇ ਤੇ ਪਲਾਟ ਕੈਂਸਲੇਸ਼ਨ ਦਾ ਪ੍ਰਾਵਧਾਨ। ਤੇ ਇਹ ਤਾਂ ਹੁਣ ਹੈ, ਜੇ ਆਪਾਂ ਫਲੈਟਾਂ ਦੀ ਗੱਲ ਕਰੀਏ ਤਾਂ 3-4 ਸਾਲ ਪਹਿਲਾਂ ਬਣਨੇ ਸ਼ੁਰੂ ਹੋਏ, 4 ਸਾਲ ਪਹਿਲੇ ਹੋਏ, ਪਲਾਟ ਲਾ ਕੇ 1993 ਤੇ ਆ ਹੁਣ ਜੇ ਆਪਾਂ ਬੈਠੇ ਹਾਂ ਤਾਂ 2005, ਜੇ 4 ਸਾਲ ਪਿੱਛੇ ਵੀ ਚੱਲੀਏ ਤਾਂ 2017 ਮਤਲਬ 2017 ਲਗਭਗ 27 ਸਾਲ, ਲਗਭਗ 25-26 ਸਾਲ ਕਿਸੇ ਨੇ ਕੁਛ ਨਹੀਂ ਬਣਾਇਆ, ਤੇ ਮਤਲਬ ਉਹਦੇ ਤੇ ਤੁਹਾਡੇ ਹਿਸਾਬ ਨਾਲ ਕੋਈ ਜੁਰਮਾਨੇ ਲੱਗੇ ਹੋਣੇ? ਸਰ, PSIC ਦੇ ਵਿੱਚ ਇੱਕ ਡਿਪਾਰਟਮੈਂਟ ਹੈਗਾ ਐਸਟੇਟ ਡਿਪਾਰਟਮੈਂਟ, ਜੀ, ਜਿਹਦੇ ਵਿੱਚ ਬਕਾਇਦਾ ਐਸਟੇਟ ਆਫਿਸਰ, DGM, GM, ਚੀਫ ਮੈਨੇਜਰ ਸਾਰੇ ਕੁਛ ਹੈ। ਜਿਹੜਾ ਮੇਰਾ ਐਕਸਪੀਰੀਅੰਸ ਹੈ, ਉਹ ਐਸਟੇਟ ਡਿਪਾਰਟਮੈਂਟ ਇੱਕ ਇੰਨਾ ਕੁ ਮੈਨੂਪਲੇਟਿਵ ਡਿਪਾਰਟਮੈਂਟ ਹੈ ਜਿਹੜਾ ਕਿਸੇ ਬੰਦੇ ਦੇ ਬੈਸਟ ਇੰਟਰਸਟਿਡ ਟੂ ਕੈਸ਼ ਇਨ ਕੈਸ਼ ਕਰ। ਮੈਂ ਆਪਣਾ ਇੱਕ ਐਗਜ਼ਾਮਪਲ ਦੱਸਦਾ, 8 ਫੇਸ ਦੇ ਵਿੱਚ ਇਹਨਾਂ ਨੇ 13 ਐਮਿਨਿਟੀਜ਼ ਦੇਣ ਵਾਸਤੇ ਵਾਅਦਾ ਕੀਤਾ ਸੀ, ਜਿਹਦੇ ਵਿੱਚ ਪੁਲਿਸ ਸਟੇਸ਼ਨ, ਫਾਇਰ ਬ੍ਰਿਗੇਡ ਸਟੇਸ਼ਨ, 3-star ਹੋਟਲ, ਡਿਸਪੈਂਸਰੀ, ਕਮਿਊਨਿਟੀ ਸੈਂਟਰ, ਬਿਜ਼ਨਸ ਸੈਂਟਰ, ਇੱਦਾਂ ਕਰਕੇ 13-14 ਚੀਜ਼ਾਂ ਨਾਲ ਤੇਲ ਦਾ ਵਾਅਦਾ ਕੀਤਾ ਸੀ, ਬਟ ਉਹਨਾਂ ਨੇ ਉਹ ਚੀਜ਼ਾਂ ਨਾ ਦੇ ਕੇ ਉੱਥੇ ਉਹਨਾਂ ਦੇ ਪਲਾਟ ਕੱਟ ਕੇ ਦੇ ਦਿੱਤੇ। ਅਲੋਟਿਸ ਦੇ ਨਾਲ ਉਹਨਾਂ ਨੇ ਬ੍ਰੀਚ ਆਫ ਟਰੱਸਟ, ਜਦੋਂ ਮੈਂ RTA ਫਾਈਲ ਕੀਤੀ PSIC ਤੇ PSIC ਨੇ ਇੱਕ ਜਵਾਬ ਦਿੱਤਾ, ਕਹਿੰਦੇ ਸਾਡੇ ਕੋਲ ਰਿਕਾਰਡ ਹੋ ਗਿਆ, ਸਰਕਾਰੀ ਦਫ਼ਤਰ ਤੋਂ ਰਿਕਾਰਡ ਗਾਇਬ ਹੋਣਾ, ਤੇ ਅਸੀਂ ਉਹਨੂੰ ਪੁੱਛਿਆ ਤੁਸੀਂ ਉਹਦੀ FIR ਦਿਖਾ ਦਿਓ ਸਰ, ਠੀਕ ਹੈ, ਕਹਿੰਦੇ ਅਸੀਂ FIR ਕਰਾਈ, ਮਤਲਬ ਮੈਨੂੰ ਕਿਸੇ ਵੀ ਰੂਪ ਦੇ ਵਿੱਚ ਰਿਕਾਰਡ ਨਹੀਂ ਮਿਲਿਆ, ਦੈਨ ਆਈ ਹੈਵ ਮੂਵਡ ਟੂ ਆਰਡਰ ਫਾਈਲ। ਜੀ, ਉਸ ਰਿਕਾਰਡ ਨੂੰ ਪੈਦਾ ਕੀਤਾ ਜਾਵੇ ਜਿਹੜੇ ਜਿੰਨੇ ਵਾਸਤੇ ਫੰਡਸ ਐਲੋਕੇਟ ਹੋਏ ਸੀ, ਜਿੰਨੇ ਵਾਸਤੇ ਜਗ੍ਹਾ ਐਲੋਕੇਟ ਹੋਈ ਸੀ, ਮਤਲਬ ਇੱਕੋ ਸਾਫ਼ ਜ਼ਾਹਰ ਹੁੰਦਾ ਹੈ ਕਿ ਜਿਹੜਾ PSIC ਦਾ ਐਸਟੇਟ ਦੇ ਡਿਪਾਰਟਮੈਂਟ ਹੈ ਉਹਦੇ 'ਚ ਕਰਪਸ਼ਨ ਕਿੰਨੀ ਡੀਪ ਰੂਪਡ ਹੈ। ਠੀਕ ਹੈ, ਇਹ ਤਾਂ ਇੱਕ ਛੋਟਾ ਜਿਹਾ ਐਗਜ਼ਾਮਪਲ, ਤੇ PSIC ਦੇ ਇਹ 13 ਗੈਪ ਕਰ ਸਕਦੀ ਹੈ ਤੇ ਕਿਸੇ ਦਾ ਕੈਂਸਰ ਪਲਾਟ ਖਾਲ ਵੀ ਤਾਂ ਕਰ ਸਕਦੀ ਹੈ, ਇੰਡੀਕੇਸ਼ਨ ਤਾਂ ਇਹ ਕਰਦਾ ਹੈ। ਸੋ ਕੁੱਲ ਮਿਲਾ ਕੇ ਤੁਸੀਂ ਕਹਿ ਰਹੇ ਹੋ ਕਿ ਟੋਟਲੀ ਗੜਬੜ ਘੋਟਾਲਾ ਹੈ। ਸਰ, ਇੰਗਲਿਸ਼ ਵਿੱਚ ਇੱਕ ਕਹਾਵਤ ਹੈ, ਹੈਂਡ ਇਨ ਗਲਵਸ। ਓਕੇ, ਮਤਲਬ ਦਸਤਾਨੇ ਵੀ ਆਪਣੇ ਹੱਥ ਵੀ ਆਪਣਾ, ਮਤਲਬ ਇੱਕ ਦੂਜੇ ਦੇ ਵਿੱਚ ਆਪਾਂ ਫਿਕਸ ਕਰਕੇ ਸਾਰੇ ਰਲ ਮਿਲ ਕੇ ਚੱਲਦੇ। ਜੀ ਸਰ, ਬਹੁਤ ਸਾਰੀਆਂ ਚੀਜ਼ਾਂ ਤੁਸੀਂ ਅੱਖਾਂ ਖੋਲ ਦਿੱਤੀਆਂ, ਸਾਨੂੰ ਵੀ ਧੰਨਵਾਦ ਹੈ, ਤੁਸੀਂ ਇਨਵਾਇਰਮੈਂਟ ਐਕਟਿਵਿਸਟ ਹੋਣ ਦੇ ਨਾਲ ਨਾਲ ਤੁਸੀਂ ਬਹੁਤ ਸਾਰਾ ਚੀਜ਼ਾਂ ਦੱਸੀਆਂ, ਤੋ ਹੋਰ ਕੁਛ ਕਹਿਣਾ ਚਾਹੋਗੇ ਜਨਤਾ ਨੂੰ, ਜਿਹੜੇ ਇੱਥੇ ਲੋਕ ਖਰੀਦ ਰਹੇ? ਮੈਂ ਕਹਿੰਦਾ ਭੋਲੀ ਭਾਲੀ ਜਨਤਾ ਨੂੰ ਤਾਂ ਨਹੀਂ ਪਤਾ, ਉਹ ਤਾਂ ਇਹ ਸੋਚਦੇ ਕਿ ਯਾਰ ਬਣ ਗਏ ਤੇ ਪ੍ਰੋਜੈਕਟ, ਕਿਉਂਕਿ ਬਹੁਤ ਸਾਰੇ ਪ੍ਰਮੋਸ਼ਨ ਹੁੰਦੀ ਹੈ ਤੇ ਪ੍ਰਮੋਸ਼ਨ ਸਾਡੇ ਦਿਮਾਗ 'ਚ ਰੱਖਦੇ, ਉਹਨਾਂ ਨੂੰ ਕੀ ਤੁਸੀਂ ਰਾਏ ਦੇਣਾ ਚਾਹੋਗੇ? ਸਰ, ਮੈਂ ਕਿਸੇ ਵੀ ਜਿਹੜਾ ਇੱਥੇ ਅਲੋਟੀ ਹੈ ਜਾਂ ਕੋਈ ਵੀ ਪਲੋਟ ਹੋਲਡਰ ਇੱਥੇ ਆ ਰਿਹਾ, ਮੇਰਾ ਉਹਨੂੰ ਇੱਕੋ ਹੀ ਗੁਜ਼ਾਰਿਸ਼ ਹੈ ਕਿ ਪਲੋਟ ਲੈਣ ਤੋਂ ਪਹਿਲੇ ਕੁਐਸਚਨ ਕਰਨਾ ਚਾਹੀਦਾ, ਅਥਾਰਟੀਜ਼ ਨੂੰ ਕੁਐਸਚਨ ਕਰਨਾ ਚਾਹੀਦਾ, ਮਾਲਕਾਂ ਨੂੰ ਕੁਐਸਚਨ ਕਰਨਾ ਚਾਹੀਦਾ ਕਿ ਮੈਂ ਇੱਥੇ ਫਿੱਟ, ਉਹਦੇ ਆਸ ਪਾਸ ਆਲਾ ਦੁਆਲਾ ਦੇਖਣਾ ਚਾਹੀਦਾ, ਅੰਨੇ ਬਾਅਦ ਖਰੀਦਦਾਰੀ ਨਹੀਂ ਕਰਨੀ ਚਾਹੀਦੀ, ਕਿਉਂਕਿ ਕੱਲ੍ਹ ਨੂੰ ਤੁਹਾਡੇ ਬੱਚਿਆਂ ਨੇ, ਤੁਹਾਡੇ ਮਾਂ ਪਿਓ ਨੇ, ਬਜ਼ੁਰਗਾਂ ਨੇ ਇੱਥੇ ਰਹਿਣਾ ਹੈਗਾ, ਉਹਨਾਂ ਦੀ ਲਾਈਫ ਹੈ, ਤੁਸੀਂ ਹਸਪਤਾਲ ਤੁਸੀਂ ਕਹੋਗੇ ਜੀ ਫੋਰਟਿਸ ਨੇੜੇ ਆ, ਇਸ ਕਰਕੇ ਸਾਨੂੰ ਬਹੁਤ ਵਧੀਆ, ਪਰ ਫੋਰਟਿਸ ਦੇ ਗੇੜੇ ਜਾਂ ਫੋਰਟਿਸ ਦਾ ਪੈਸਾ ਉਹ ਤਾਂ ਤੁਹਾਡੀ ਜੇਬ 'ਚ ਜਾਏਗਾ। ਬਿਲਕੁਲ।
ਫੋਟੇਸ ਨੇ ਇਹਨਾਂ ਮਤਲਬ ਥੋੜੀ ਘਰੇ ਕੁਮਾਰੀ ਹੋ ਹਾਂ ਬਿਲਕੁਲ ਠੀਕ ਹੈ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸੋ ਦੋਸਤੋ ਕੇ ਜਿਗੇ ਸਰਦਾਰ ਜਿਤੀ ਜੀ ਜਗਨੀਸ਼ ਗਰਗਨੀਸ਼ ਜੀ ਜਿਹੜੇ ਕਿ ਇੱਕ ਐਨਵਾਇਰਨਮੈਂਟ ਐਕਟਿਵਿਸਟ ਹੈਗੇ ਆ ਅੱਜ ਇਹਨਾਂ ਦੇ ਨਾਲ ਮਿਲ ਕੇ ਸਾਡੀਆਂ ਬਹੁਤ ਸਾਰੀਆਂ ਅੱਖਾਂ ਖੁੱਲੀਆਂ ਜਿਹੜੀ ਚੀਜ਼ ਮੈਂ ਬੜੇ ਦਿਨਾਂ ਤੋਂ ਲੱਭ ਰਿਹਾ ਸੀਗਾ ਕਿ ਇੱਕ ਪੋਲੂਟਿਡ ਏਰੀਆ ਦੇ ਵਿੱਚ ਜਿੱਥੇ ਬਿਲਕੁਲ ਪੋਲਿਊਟਿਡ ਇੰਡਸਟਰੀ ਚੱਲ ਰਹੀ ਹੋਵੇ ਕਿ ਉੱਥੇ ਰੈਜੀਡੈਂਟ ਰੱਖਣਾ ਰੈਜੀਡੈਂਸ ਰੱਖਣਾ ਕਿੰਨਾ ਕੁ ਸਾਡੇ ਲਈ ਹੈਲਥ ਵਰਕਸ ਤੋਂ ਹੈਲਥ ਦੇ ਨਜ਼ਰੀਏ ਤੋਂ ਫਰੂਟਫੁੱਲ ਹੈਗਾ ਜਾਂ ਸਾਡੇ ਲਈ ਲਾਭਦਾਇਕ ਹੈਗਾ ਉਹ ਅੱਜ ਇਹਨਾਂ ਨੇ ਅੱਖਾਂ ਖੋਲ ਦਿੱਤੀਆਂ ਕਿ 100 ਡਿਗਰੀ ਤੋਂ ਉੱਪਰ ਜਿਹੜਾ ਇਨਵਾਇਰਮੈਂਟ ਦਾ ਜਿਹੜਾ ਇੱਕ ਸਿਸਟਮ ਹੁੰਦਾ ਹੈ ਉਸ ਤੋਂ ਬਾਅਦ ਹੈਲਥ ਲਈ ਉਹ ਬੜਾ ਹੀ ਜਿਹੜਾ ਹੈ ਖਤਰਨਾਕ ਹੈ ਅਤੇ ਇੱਥੇ ਦਾ ਅੱਜ ਫੋਕਲ ਪੁਆਇੰਟ ਜਿੱਥੇ ਹੈਮਟਨ ਹੋਮ ਦੇ ਬਿਲਕੁਲ ਨਜ਼ਦੀਕ ਅਸੀਂ ਇੱਥੇ ਬੈਠੇ ਹਾਂ ਤੇ ਇੱਥੇ ਦਾ ਇਹਨਾਂ ਦੇ ਹਿਸਾਬ ਨਾਲ 200 ਤੋਂ ਉੱਪਰ ਹੈ ਤੇ ਜੇ 200 ਤੋਂ ਉੱਪਰ ਏਅਰ ਪੋਲੂਸ਼ਨ ਹੋਏਗਾ ਤੇ ਉੱਥੇ ਰਹਿਣਾ ਸਾਡੇ ਲਈ ਤੁਹਾਡੇ ਲਈ ਕਿੰਨਾ ਕੁ ਖਤਰਨਾਕ ਹੋ ਸਕਦਾ ਇਹਦੇ ਇਹ ਅਸੀਂ ਨਹੀਂ ਦੱਸਾਂਗੇ ਅੱਜ ਡਿਸੀਜਨ ਜਾਂ ਨਿਰਣਾ ਤੁਹਾਨੂੰ ਖੁਦ ਲੈਣਾ ਪਏਗਾ ਔਰ ਦੂਸਰੀ ਗੱਲ ਇਹਦੇ ਵਿੱਚ ਕਿ ਹਰ ਉਹ ਬੱਚਾ ਅੱਜ ਇਹਨਾਂ ਨੇ ਇੱਕ ਹੋਰ ਚੀਜ਼ ਦੱਸੀ ਸਾਨੂੰ ਜਿਹੜਾ ਕਿ ਅੱਜ ਬਹੁਤ ਸਾਰੇ ਬੱਚੇ ਜਿਹੜੇ ਹੈ ਮੰਦਬੁੱਧੀ ਪੈਦਾ ਹੋ ਰਹੇ ਹੈ ਜਾਂ ਹੋਰ ਚੀਜ਼ਾਂ ਉਹਨਾਂ ਨੂੰ ਬਿਮਾਰੀਆਂ ਲੱਗ ਰਹੀਆਂ ਉਹਦਾ ਰੀਜ਼ਨ ਵੀ ਇਹੀ ਹੈ ਕਿ ਕਿਤੇ ਨਾ ਕਿਤੇ ਸਾਨੂੰ ਅੱਛਾ ਇਨਵਾਇਰਮੈਂਟ ਹੈਲਦੀ ਇਨਵਾਇਰਮੈਂਟ ਨਹੀਂ ਮਿਲ ਪਾ ਰਿਹਾ ਸੋ ਜੇ ਆਪਣੇ ਪਰਿਵਾਰ ਦੀ ਤੁਸੀਂ ਕੁਸ਼ਲਤਾ ਚਾਹੁੰਦੇ ਹੋ ਹੈਲਦੀ ਲਾਈਫ ਚਾਹੁੰਦੇ ਹੋ ਤੇ ਅਸੀਂ ਤੁਹਾਨੂੰ ਇਹ ਕਹਾਂਗੇ ਕਿ ਜ਼ਰੂਰ ਕਿਤੇ ਵੀ ਆਪਣਾ ਲੁਧਿਆਣੇ ਦੇ ਵਿੱਚ ਕਿਤੇ ਵੀ ਆਪਣਾ ਘਰ ਖਰੀਦਣਾ ਤੇ ਘੱਟੋ ਘੱਟ ਉਹਦੇ ਕਾਗਜ਼ ਜਾਂ ਉਹਦਾ ਆਲਾ ਦੁਆਲਾ ਜਾਂ ਉੱਥੇ ਦਾ ਇਨਵਾਇਰਮੈਂਟ ਜ਼ਰੂਰ ਚੈੱਕ ਕਰੋ ਅਸੀਂ ਨਹੀਂ ਕਹਿੰਦੇ ਇੱਥੇ ਲਓ ਨਾ ਲਓ ਇਹ ਤੁਹਾਡਾ ਅਜੇ ਆਪਣਾ ਡਿਸੀਜਨ ਹੈ ਪਰ ਆਪਣੇ ਪਰਿਵਾਰ ਦੀ ਹੈਲਥ ਲਈ ਤੁਸੀਂ ਆਪ ਖੁਦ ਸਜਗ ਰਹੋ ਦੇਖਦੇ ਰਹੋ ਭਲੇ ਰਹੋ ਜਾਂਦੇ ਜੈ ਸ਼੍ਰੀ ਅਕਾਲ।